ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਕਰਾਂਗੇ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਜੀਵਨ ਅਤੇ ਰਚਨਾ ਬਾਰੇ। ਸ਼੍ਰੀ ਗੁਰੂ ਅਰਜਨ ਦੇਵ ਜੀ ਸਿੱਖ ਧਰਮ ਦੇ 5ਵੇਂ ਗੁਰੂ ਹੋਏ ਹਨ। ਆਪ ਜੀ ਦਾ ਜਨਮ 1563 ਈਸਵੀ ਨੂੰ ਸ਼੍ਰੀ ਗੋਇੰਦਵਾਲ ਸਾਹਿਬ ਜ਼ਿਲ੍ਹਾ ਤਰਨ ਤਾਰਨ ਵਿਖੇ ਪਿਤਾ ਸ਼੍ਰੀ ਗੁਰੂ ਰਾਮਦਾਸ ਅਤੇ ਮਾਤਾ ਬੀਬੀ ਭਾਨੀ ਜੀ ਦੇ ਘਰ ਹੋਇਆ। ਆਪ ਜੀ ਦਾ ਵਿਆਹ ਮਾਤਾ ਗੰਗਾ ਜੀ ਨਾਲ ਹੋਇਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੂੰ 1581 ਈਸਵੀ ਨੂੰ ਸ਼੍ਰੀ ਗੁਰੂ ਰਾਮਦਾਸ ਜੀ ਪਾਸੋਂ ਗੁਰਿਆਈ ਪ੍ਰਾਪਤ ਹੋਈ। ਸੰਨ 1595 ਈਸਵੀ ਵਿੱਚ ਆਪ ਜੀ ਦੇ ਘਰ ਬਾਲਕ ਹਰਗੋਬਿੰਦ ਜੀ ਦਾ ਜਨਮ ਹੋਇਆ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸਾਰੀ ਸਿੱਖਿਆ ਗੁਰਮਤਿ ਪਰੰਪਰਾ ਦੇ ਪ੍ਰਮਾਣਿਕ ਵਾਤਾਵਰਣ ਵਿੱਚ ਲਈ। ਆਪ ਜੀ ਦਾ ਵਿਸ਼ੇਸ਼ ਮਹੱਤਵ ਇਸ ਗੱਲ ਵਿੱਚ ਹੈ ਕਿ ਆਪ ਨੇ ਆਦਿ ਗ੍ਰੰਥ ਜਿਹੇ ਮਹਾਨ ਗ੍ਰੰਥ ਦੀ ਸੰਪਾਦਨਾ ਕੀਤੀ ਅਤੇ ਗੁਰਮਤਿ ਵਿਚਾਰਧਾਰਾ ਦੇ ਪ੍ਰਤੀਨਿਧ ਗ੍ਰੰਥ ਦਾ ਸੰਕਲਨ ਪੇਸ਼ ਕੀਤਾ। ਸ਼੍ਰੀ ਗੁਰੂ ਅਰਜਨ ਦੇਵ ਜੀ ਨੇ 31 ਰਾਗਾਂ ਵਿੱਚੋਂ 30 ਰਾਗਾਂ ਵਿੱਚ ਰਚਨਾ ਕੀਤੀ। ਥਿੱਤੀ, ਬਿਰਹੜੇ, ਅੰਜਲੀਆਂ ਅਤੇ ਸੋਹਲੇ ਆਪ ਜੀ ਦੀਆਂ ਉੱਘੀਆਂ ਰਚਨਾਵਾਂ ਹਨ। ਸੁਖਮਣੀ ਸਾਹਿਬ ਆਪ ਜੀ ਦੀ ਸ਼ਾਹਕਾਰ ਰਚਨਾ ਹੈ। ਆਪ ਜੀ ਦੇ 1322 ਸ਼ਬਦ, 45 ਅਸ਼ਟਪਦੀਆਂ ਅਤੇ 23 ਛੰਦ 6 ਵਾਰਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹਨ। ਕੁਝ ਲਮੇਰੀਆਂ ਰਚਨਾਵਾਂ ਜਿਵੇਂ 12 ਮਾਝ ਰਾਗ ਵਿੱਚ ਸੁਖਮਣੀ ਸਾਹਿਬ ਅਤੇ 52 ਅੱਖਰੀ ਹਨ। ਸਲੋਕ, ਸੰਸਕ੍ਰਿਤੀ, ਗਾਥਾ, ਫੁਨਹੇ ਅਤੇ ਚੌਬਲੇ, ਸਵਈਏ, ਸਲੋਕ ਆਦਿ ਆਪ ਜੀ ਦੀਆਂ ਰਚਨਾਵਾਂ ਹਨ। ਹੋਰਨਾਂ ਗੁਰੂਆਂ ਅਤੇ ਭਗਤਾਂ ਨਾਲੋਂ ਆਪ ਜੀ ਦੀ ਬਾਣੀ ਗਿਣਾਤਮਕ ਅਤੇ ਗੁਣਾਤਮਕ ਪੱਖੋਂ ਵਧੇਰੇ ਮਾਤਰਾ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਹੈ। ਸੁਖਮਣੀ ਸਾਹਿਬ ਵਿੱਚ ਕੇਵਲ ਗੁਰਮਤਿ ਸਿਧਾਂਤਾਂ ਦਾ ਵੇਰਵਾ ਦੇ ਕੇ ਵਿਆਖਿਆ ਹੀ ਨਹੀਂ ਕੀਤੀ ਗਈ, ਸਗੋਂ ਇਸ ਦੇ ਸਾਧਨਾ ਮਾਰਗ ਦੇ ਮੂਲ ਆਧਾਰੀ ਤੱਤਾਂ ਦਾ ਵਿਵੇਚਨ ਵੀ ਕੀਤਾ ਗਿਆ ਹੈ। ਇਸ ਵਿਚਲੀ ਬੋਲੀ ਸਰਲ ਅਤੇ ਸਾਦੀ ਹੈ। ਰਚਨਾ ਗੁਰੂ ਜੀ ਦੀ ਮਹਿਮਾ ਤੋਂ ਆਰੰਭ ਕੀਤੀ ਗਈ ਹੈ, ਜਿਵੇਂ ਆਦਿ ਗੁਰੇ ਨਵਾਂ, ਜੁਗਾਦਿ ਗੁਰੇ ਨਵਾਂ, ਸਤਿਗੁਰੇ ਨਵਾਂ, ਸ਼੍ਰੀ ਗੁਰਦੇਵ ਆਏ ਨਵਾਂ। ਸੁਖਮਣੀ ਸਾਹਿਬ ਦਾ ਕੇਂਦਰੀ ਭਾਵ ਇਹ ਹੈ, ਸੁਖਮਣੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੇ ਮਨ ਬਿਸਰਾਮ। 52 ਅੱਖਰੀ ਗੌੜੀ ਰਾਗ ਵਿੱਚ ਰਚੀ ਗਈ ਰਚਨਾ ਹੈ। ਦੇਵਨਾਗਰੀ ਲਿਪੀ ਦੇ 52 ਅੱਖਰਾਂ ਦਾ ਕ੍ਰਮ ਇਸ ਵਿੱਚ ਵਰਤਿਆ ਗਿਆ ਹੈ। ਇਸ ਦੀਆਂ 52 ਪੌੜੀਆਂ ਹਨ। ਸ਼੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦਾ ਵਿਸ਼ਾ ਆਮ ਕਰਕੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨਾਲ ਮਿਲਦਾ ਹੈ। ਗੁਰੂ ਜੀ ਦੀ ਬਾਣੀ ਵਿੱਚ ਨਿਮਰਤਾ, ਪ੍ਰਭੂ ਭਗਤੀ, ਗੁਰੂ ਦੀ ਉਸਤਤ, ਸੰਗਤ ਦੀ ਮਹਾਨਤਾ, ਸੇਵਾ ਅਤੇ ਪ੍ਰਭੂ ਦੇ ਹੁਕਮ ਅਨੁਸਾਰ ਚੱਲਣਾ ਆਦਿ ਵਿਸ਼ਿਆਂ ਉੱਤੇ ਵਧੇਰੇ ਬਲ ਦਿੱਤਾ ਗਿਆ ਹੈ। ਆਪ ਜੀ ਦੀ ਰਚੀ ਗਈ ਬਾਣੀ ਉੱਪਰ ਫਾਰਸੀ, ਬ੍ਰਿਜ, ਮੁਲਤਾਨੀ, ਕੇਂਦਰੀ ਪੰਜਾਬੀ ਅਤੇ ਪੰਜਾਬ ਦੀਆਂ ਕਈ ਉਪਭਾਸ਼ਾਵਾਂ ਦਾ ਪ੍ਰਭਾਵ ਵੀ ਮਿਲਦਾ ਹੈ। ਆਪ ਜੀ ਦੀ ਬਾਣੀ ਵਿੱਚ ਸ਼ਾਂਤ ਰਸ ਪ੍ਰਦਾਨ ਹੈ। ਸ਼ੈਲੀ ਪੱਖੋਂ ਆਪ ਜੀ ਦੀਆਂ ਰਚਨਾਵਾਂ ਸਾਹਿਤ ਲਈ ਅਨਮੋਲ ਹਨ। ਆਪ ਜੀ ਨੇ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗੁਰਿਆਈ ਸੌਂਪ ਕੇ 1606 ਈਸਵੀ ਨੂੰ ਲਾਹੌਰ, ਪਾਕਿਸਤਾਨ ਵਿਖੇ ਸ਼ਹੀਦੀ ਜਾਮਾ ਪਹਿਨ ਲਿਆ।
ਆਪ ਜੀ ਦਾ ਜੀਵਨ ਕਾਲ 1563 ਈਸਵੀ ਤੋਂ 1606 ਈਸਵੀ ਤੱਕ ਹੈ। ਸੋ ਗਲਤੀ ਮਾਫ਼ ਕਰਨੀ, ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਧੰਨਵਾਦ।